Hello, 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 hello. Hello. Hey, Panavani, Mata Teri Sarai, Jaikara, from Pujjivar Kanjida, Bolsaje, Darbari Vija. Thank you.
दस बार ओम गणगन गणाधिपति का जाप करके मां भगवती वैष्णो रानी जी की पावन पवित्र और सुंदरतम ज्योति दे और श्री गणपति महाराज के सबने मध्य नाल फुला दिवस आचरण दी।
Oh,
Thank you.
आओ मिलके माता जी खुश करिए बड़े ही मंद नाल ए मरी सच्चियां ਤ੍ਰਿਕੁਟ ਪਰਬਤ ਦੇ ਵਾਸੀ ਮਹਾਰਾਣੀ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਨ ਮਹਾਰਾਣੀ ਸਭ ਨੂੰ ਖੁੱਲੇ ਖੁੱਲੇ ਦਰਸ਼ਨ ਦੇ ਕੇ ਨਿਹਾਲ ਕਰੇ ਕਲਿਆਣ ਕਰੇ ਮੁਰਾਦਾਂ ਦੇ ਰਹਿਮਤਾਂ ਵੰਡੇ ਜੋ ਜੋ ਦਰ ਤੇ ਜਾਣ ਖੁਸ਼ੀਆਂ ਲੈ ਕੇ ਆਣ ਮਾਂ ਦੇ ਚਰਨਾਂ ਚ ਹੋਈ ਪ੍ਰਾਰਥਨਾ ਆਓ ਸਭ ਤੋਂ ਪਹਿਲਾਂ ਸ੍ਰੀ ਗਣੇਸ਼ ਜੀ ਦੀ ਪ੍ਰਸੰਨਤਾ ਵਾਸਤੇ ਉਹਨਾਂ ਦਾ ਸਿਮਰਨ ਕਰੀਏ ਬੜੇ ਹੀ ਪਿਆਰੇ ਬੋਲ ਗਣਪਤੀ ਦੇ ਚਰਨਾਂ ਚ ਸਮਰਪਿਤ ਪਿਆਰੀ ਸੰਗਤ ਨੇ ਪਿਆਰ ਨਾਲ ਗਾ ਕੇ ਰਸਤਾ ਮੁਕਤ ਕਰਕੇ ਮਾਂ ਦੀ ਲਾਸ ਲਿਖਣਾ Thank you.
Thank you.
भगत के वास करने वाली माई मिल चुका है जिनी जिनी संगत ने जाना है जिन जिन मां ने सदना है भगवती दरबार जाके अपनी पुकार सुना के मां के दर्शन पा के अपने आप को निहाल करना है बोलो बहुत ही माता के दरबार में बैठी हुई प्यारी प्यारी संगत मां का नाम लवो भगवती कल्याण स्वरूपा है कल्याण करती है चोलियां पढ़ती है नथावियां की तां है नेउटियां दी ओट है निपत्तियां दी पत्र रखने वाली जगत जननी सब नु स्नेहा भेजे आओ भगवत चरणा च सब तो पहला पुष्प पूज उस्ताद श्री श्यामला जी आज जी का मां दे चरणा च समर्पित करिए प्रेम नाल प्यारे प्यारे बोल कह के रसना पवित्र करके सारी संगत मेरा दे चरण बसे Oh,
Thank you.
ਪ੍ਰਸਾਦ ਦੀ ਸ਼ੋਭਾ ਕਰਦੇ ਹਾਂ। ਸੋਰੀ ਸ੍ਰੀ ਰਾਮ ਲਾਲ ਲਿਖੀ ਹੋਈ ਭੇਟ ਹੈ, ਬੜੇ ਪ੍ਰੇਮ ਨਾਲ ਮਾਂ ਭਗਵਤ ਦੇ ਪਾਵਨ ਚਰਨਾਂ ਵਿੱਚ ਸਮਰਪਿਤ ਹੈ। ਪ੍ਰੇਮ ਨਾਲ ਪਿਆਰੇ ਪਿਆਰੇ ਬੋਲ ਸੁਣੋ ਔਰ ਪਿਆਰ ਨਾਲ ਗਾਓ। ਮਾਂ ਕਲਿਆਣ ਕਰੇ, ਚੋਰੀਆਂ ਭਰੇ, ਤੰਦਰੁਸਤੀ ਬਖਸ਼ੇ, ਸਭ ਨੂੰ ਸੱਦਾ ਭੇਜੇ, ਸਭ ਜਾ ਕੇ ਮਾਤਾ ਦਾ ਦੀਦਾਰ ਕਰਨ ਤੇ ਭਗਵਤ ਦੇ ਚਰਨਾਂ 'ਚ ਬੈਠ ਕੇ ਮਾਂ ਕੋਲ ਚੋਰੀਆਂ ਭਰਨ। ਪਿਆਰੇ ਪਿਆਰੇ ਬੋਲ, ਮਾਤਾ ਦੇ ਦਰਬਾਰ ਦੀ ਸ਼ੋਭਾ ਦੇ, ਪ੍ਰੇਮ ਨਾਲ ਸਾਰੀ ਸੰਗਤ ਦੇ ਗਾ ਕੇ ਰਸਤਾ ਕੋਈ ਕਰੋ। Yeah.
देवता भी कहते ने, विष्णु मुनि भी कहते ने, मां तेरा द्वार निराला है, सूरज वांग सदा इस जग ते प्रसन्न देखकर वाला है और चमकन वाला है। स्वर्ग श्री राम लाल जी की लिखी हुई आराधना एक और माए के चरण सुरेंद्र जी भगवती माता के दरबार की शोभा को सुनान दिए। प्यार न प्यारे प्यारे बोल सारी संगत ने आराध्य चरण बैठ के आराध्य दरबार बैठ के अपनी आराधना दे के बड़े ही प्रेम प्यार दल कह के रस्ता आराधना सब कुछ Thank you.
Come on.
Amen.
ਵਾਲੀ ਮੈਦਾਨ ਸ਼ਾਮਾਂ ਦੀ ਸ਼ਾਹ ਨੂੰ ਆਖੀ ਝੋਲੀ ਮੇਰੀ ਭਰੇਗੀ ਕੈਸੇ ਕੈਸੇ ਸੰਬੋਧਨ ਨੇ ਔਰ ਦੂਸਰਾ ਵੀ ਕਹਿੰਦੇ ਸੰਕਟ ਮਿਟਾਉਣ ਵਾਲੀ ਦੁੱਖਾਂ ਦੀ ਦਰਦਨ ਹਰੇਗੀ ਕਦੋਂ ਜਿਹੜੇ ਦੁੱਖ ਦਰਦ ਦਿੰਦੇ ਨੇ ਉਹਨਾਂ ਦਰਦਾਂ ਦਾ ਹਰਨ ਕਦੋਂ ਕਰੇ ਤੋ ਪ੍ਰੇਮ ਸਜਾ ਮਾਤਾ ਔਰ ਮਾਂ ਨੂੰ ਕਹੀ ਕਿ ਆ ਜਾ ਪਵਨ ਰੂਪ ਬਣ ਕੇ ਮੇਰੀਆਂ ਮਿੰਟਾਂ ਨੂੰ ਮੰਨ ਕੇ ਪਰ ਤੈਨੂੰ ਇਹ ਕਹਿ ਰਿਹਾ ਕਿ ਦਰਦੇ ਨਜ਼ਾਰੇ ਵੇਖਦਾ ਜਾ ਜਾਣੇ ਵਾਲੇ ਮਾਂ ਦੇ ਦੁਆਰੇ ਮੇਰਾ ਸੁਨੇਹਾ ਲੈ ਔਰ ਮੰਗਵਾਈ ਵੀ ਇਹ ਚੀਜ਼ ਕੋਈ ਮਾਤਾ ਦੇ ਬਾਗਾਂ ਚ ਜਾਵੀ ਥੋੜੀ ਮਹਿਕ ਵੀ ਲਿਆ ਸੋਹਣੀਆਂ ਰਾਵਾਂ ਚ ਪੈਂਦਾ ਜਾ ਐਸੀ ਐਸੇ ਰਸਤੇ ਨੇ ਮਾਤਾ ਦੇ ਦਰਬਾਰ ਦੀਆਂ ਰੌਣਕਾਂ ਨੇ ਹੁਣ ਤੇ ਮਾਤਾ ਸੋਨੇ ਦਾ ਭਵਨ ਸਜਾ ਕੇ ਬੈਠੀ ਪਿਆਰੀ ਸੰਗਤ ਅੱਗੇ ਪ੍ਰਾਰਥਨਾ ਜਾ ਕੇ ਦੀਦਾਰ ਕਰੋ ਛੱਡੋ ਸਲਾਮਾਂ ਮਸ਼ਵਰੇ ਨਹੀਂ ਮੁੱਕਣੇ ਸਾਰੀ ਜ਼ਿੰਦਗੀ ਪ੍ਰੇਰਨਾ ਵੱਲੋ ਜੈ ਮਾਤਾ ਦੀ ਹਾਂ ਘਰ ਦੇ ਕੰਮ ਤੇ ਕਦੀ ਖਤਮ ਹੋਣਾ ਹੀ ਨਹੀਂ ਹੈ ਬੰਦੇ ਨਹੀਂ ਖਤਮ ਹੋਣਾ ਦੋ ਪ੍ਰੇਮ ਸੇ ਜੈ ਮਾਤਾ ਜੇ ਸੁਣਿਆ ਆਉਂਦਾ ਹੈ ਜੇ ਦਰਦੇ ਜਾਣ ਦਾ ਮੌਕਾ ਮਿਲਦਾ ਚੰਗੀ ਚੀਜ਼ ਅਸੀਂ ਟਾਲ ਦਿੰਦੇ ਹਾਂ ਮੰਦੀ ਚੀਜ਼ ਅਸੀਂ ਪਹਿਲਾਂ ਕਰ ਲੈਂਦੇ ਹਾਂ ਕਹੋ ਪ੍ਰੇਮ ਸੇ ਜੈ ਮਾਤਾ ਮਾਂ ਤੇ ਵਾਜਾਂ ਮਾਰਨ ਲਈ ਬੈਠੀ ਹੈ ਮਾਂ ਤੇ ਪੁਕਾਰਦੀ ਹੈ ਉਹੀ ਰੁੱਤ ਆ ਗਈ ਹੈ ਝੋਲੀਆਂ ਭਰਨ ਦੀ ਰੁੱਤ ਆਈ ਮਾਂ ਨੂੰ ਸੁਨੇਹ ਦੇਣ ਦੀ ਰੁੱਤ ਆਈ ਹੈ ਮਾਂ ਕੋਲ ਮੰਗਣ ਦਾ ਵੇਲਾ ਆਇਆ ਹੈ ਮਾਂ ਦਾ ਦੀਦਾਰ ਕਰਨ ਦਾ ਵੇਲਾ ਆਇਆ ਤੇ ਸਾਡੀਆਂ ਅੱਖਾਂ ਚ ਤ੍ਰਿਪਤੀ ਹੋਵੇ ਦੀਦਿਆਂ ਨੂੰ ਦੀਦਾਰ ਦੀਆਂ ਚੂੜੀਆਂ ਮਿਲਣ ਤੇ ਮਾਤਾ ਰਾਣੀ ਖੁੱਲੇ ਭੰਡਾਰੇ ਦੇ ਕੇ ਤੁਹਾਨੂੰ ਨਿਹਾਲ ਕਰੇ ਜੋ ਜੋ ਦਰਦੇ ਜਾ ਮੁਰਾਦਾ ਪਾਰ ਕਰੋ ਪ੍ਰੇਮ ਚ ਜੈ ਮਾਤਾ ਪ੍ਰੇਮ ਚ ਬੋਲੋ ਆਓ ਸਾਡੇ ਲਾਲੀ ਜੀ ਰੰਗ ਲਾਉਣਗੇ ਬੜੇ ਪ੍ਰੇਮ ਨਾਲ ਚਾਵੇ ਰਾਈਆ ਜਾਣੀ ਮੇਰੀ ਮਾਤਾ ਜੀ ਦੇ ਕੋਲ ਮਿਲੇਗਾ ਦੀਦਾਰ ਤੈਨੂੰ ਬੋਲੀ ਮਿੱਠੇ ਬੋਲੀ ਬੜੇ ਪਿਆਰ ਨਾਲ ਸਾਡੇ ਲਾਲ ਜੀ ਮਾਂ ਦੇ ਚਰਨਾਂ ਤੇ ਰੱਖਣਾ ਪ੍ਰੇਮ ਨਾਲ ਦਰਸ਼ਨ ਕਰਨਾ Yeah.
Thank you.
वाली महिला उसके बाद भजन जयंती के समापन करेंगे 16 दिसंबर शुभ दिन सोमवार वाले दिन डेरा सभी श्री हीरा मन माता वैष्णो रानी के दर्शन वास्ते जा रहे हैं। मां कल्याण स्वरूपा सब नु सद्दा भेजे साडी ते ही भगत दे चरणा दी प्रार्थना है। सब जवान लालो लाल हो के आंदे माता दे दीदार करके अपने आप नु सफल करके माई दा नाम लेते जान ते माई दा नाम लेते हैं। जिन्ना जिन्ना नहीं संता ने माता दे दरबार विच भगत दे दर्शन करन वास्ते जाना है ओ साडे दीपे बाजी नु अपनी सीना लगवाओ ताकि माता रानी सब नु बुलावा देवे सब का कल्याण करे चोलियां परे आओ की आराधना हो सुंदर भवन की शोभा बड़े ही प्रेम नाल सारी संगत ने राधे चरण जगा के माई का नाम लेके हाजिर हो जाओ। मैया का सोना अपन रंगीला जिथे का बोली रंगी Thank you.
ਉਸ ਕਦੇ ਦੀ ਜੈਕਾਰਾ ਦੀ ਭਜਨ ਗਾ ਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਇਸ ਖੁਸ਼ੀ ਦਾ ਇਜ਼ਹਾਰ ਕਰੀਏ ਔਰ ਪ੍ਰੇਮ ਨਾਲ ਇਸ ਤੋਂ ਬਾਅਦ ਫਿਰ ਅਸੀਂ ਸਮਾਪਨ ਕਰਾਂਗੇ। ਸਭ ਦੇ ਪ੍ਰਸਾਦ ਜਨਾਵਤ ਲੈ ਕੇ ਜਾਣਾ ਹੈ। 16 ਦਸੰਬਰ ਦੀ ਯਾਤਰਾ ਹੈ ਸਾਡੀ। ਪ੍ਰਭੂ ਸ਼ਨਾਨਾਮ ਦੀ ਕਿਰਪਾ ਦੇ ਨਾਲ ਸਾਨੂੰ ਮੰਦਰ ਬਣਾਉਣ ਦੀ ਇਜਾਜ਼ਤ ਜਿਹੜੀ ਮਿਲੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਇਹੀ ਪ੍ਰਾਰਥਨਾ ਹੈ ਕਿ ਸਭ ਆਪ ਦਾ ਆਸ਼ੀਰਵਾਦ ਹੈ। ਲੰਬਿਤ ਜਿਹੜੀ ਸਾਡੀ ਮਾਨਸੀ ਆਪ ਨੇ ਸਵੀਕਾਰ ਕੀਤੀ ਹੈ ਔਰ ਸਭ ਦਾ ਸਭ ਦੇ ਚਿਹਰਿਆਂ ਤੇ ਪ੍ਰਸੰਨਤਾ ਹੈ। ਆਓ ਪ੍ਰਭੂ ਰਾਮ ਦੇ ਚਰਨਾਂ ਵਿੱਚ ਸੇਵਾ ਸਮਰਪਿਤ ਕਰਕੇ ਫਿਰ ਮੈਦਾਨ ਆਮ ਕਰਕੇ ਭੋਗ ਪਾਵਾਂਗੇ। ਪਿਆਰ ਨਾਲ ਸੂਰਜ ਕੀ ਗਰਮੀ ਸੇ ਤਪਤੇ ਹੋਏ ਮਨ ਕੋ ਮਿਲ ਜਾਏ ਧਰਵਰ ਕੀ ਛਾਇਆ ਔਰ ਅੱਜ ਖੁਸ਼ੀ ਦੇ ਮੌਕੇ ਤੇ ਐਸਾ ਹੀ ਸੁਖ ਮੇਰੇ ਮਨ ਕੋ ਮਿਲਾ ਹੈ। ਮੈਂ ਜਬ ਸੇ ਸ਼ਰਧ ਪ੍ਰਭੂ ਨੂੰ ਯਾਦ ਕਰਕੇ ਸਮਾਪਨ ਕਰਦੇ ਹਾਂ। ਬੜੇ ਪ੍ਰੇਮ ਨਾਲ ਹਰਾ ਕੇ ਚੰਨਾ ਸਾਰੀ ਸੰਗਤ ਨੂੰ ਕਹਿ ਦਿਓ। ਸੂਰਜ ਕੀ ਗਰਮੀ ਸੇ Thank you.
और चंदन के जैसी राघव कृपा हो चंदन बहुत सुंदर है जिन्हें दिल की आग है जिन्हें दिल की अग्नि है अग्नि है प्रभु राम आपकी कृपा ने चंदन जैसी शीतल शीतल चंदन पूनम पूनम आ रही है श्री गुरु नानक साहब जी की जयंती आ रही है राम तीर्थ का मेला आ रहा है पूर्णमाशी का दिन आ रहा है प्रभु राम ने दरबार खोल दिते बड़े प्यार का गुणगुना बड़ा प्यारा भाव है शीतल चंदन उजियाले पूनम पंचाय राति चोरी युग युग से प्यास मरुभूमि में जैसे सावन का संकेत उस पर कदम है बना जिस राह की मंजिल उस पर कदम है बना में आ पथ चढ़ पा मैं कभी तकदीर ने जैसे जीवन अपने संबंधित किया Thank you.
I'm
Oh,
जगत के मई सचिया भगवती याद की उतारिए अज मन करामा तेरे आगे अब मैं तेरी माता जी मंदिर में बना के अब मैं एक मारी दूसरी इस राखी पगत Thank you.
Thank you.
Thank you.